ਇਹ ਆ ਜੀ ਇਹਦਾ ਬਾਹਰ ਤੇ ਵਿਊ ਪਹਿਲੇ ਚਾਰੇ ਪਾਸੇ ਤੇ ਡਿਸ਼ ਵੀ ਪੱਠੀ ਹੋ ਲੱਗੀ ਵੀ ਆ ਕੈਨੇਡਾ ਦੇ ਵਿੱਚ ਪੱਠਾ ਘਰ ਨਾਇਗਰਾ ਚ ਪੈਂਦਾ ਯਾ ਟਿਕਟ ਦੇਖਦੇ ਆ ਜਾ ਕੇ ਕਿੰਨੀ ਆ ਮੈਟ ਵੀ ਉਹ ਦੇਖ ਮੈਟ ਓਏ ਮੈਟ ਲਾਇਆ ਮੂਰੇ ਲਓ ਜੀ ਆ ਗਿਆ ਦੂਜਾ ਆਪਣਾ ਕਮਰਾ ਟੀਵੀ ਵੀ ਪੱਠਾ ਇੱਕ ਵਾਰੀ ਦੇਖਣ ਯੋਗ ਆ $14 ਟਿਕਟ ਆ ਜੀ ਟਿਕਟ ਹੈਗੀ ਆ ਇੱਕ ਬੰਦੇ ਦੀ $15 ਪੱਠਾ ਸੋਫਾ ਦੂਜਾ ਠੀਕ ਆ ਜੀ ਸਭ ਤੋਂ ਪਹਿਲਾਂ ਉਹ ਆ ਗਈ ਫਲੈਸ਼ ਪੁੱਠੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਪਿੱਛੇ ਹੈਗਾ ਜੀ ਕੈਨੇਡਾ ਦੇ ਵਿੱਚ ਪੱਠਾ ਘਰ ਨਾਇਗਰਾ 'ਚ ਪੈਂਦਾ ਆਏ ਕੋ ਪੱਠਾ ਘਰ ਲਿਆ ਜੀ ਤੁਹਾਨੂੰ ਇਹਦਾ ਵਿਊ ਦਿਖਾਉਂਦੇ ਆ ਕਿੰਨੀ ਟਿਕਟ ਆ ਕਿਵੇਂ ਅੰਦਰ ਦਾ ਵਿਊ ਸਾਰਾ ਦਿਖਾਉਂਦਾ ਲਓ ਜੀ ਆ ਦੇਖੋ ਆ ਸਾਰਾ ਪੱਠਾ ਘਰ ਆ ਜੀ ਆਪਣਾ ਰੈਂਟਡ ਹੈ ਇੱਧਰ ਇਹਦੀ ਟਿਕਟ ਮਿਲਦੀ ਆ ਟਿਕਟ ਦੇਖਦੇ ਆ ਜਾ ਕੇ ਕਿੰਨੀ ਆ ਇਹ ਆ ਜੀ ਇਹਦਾ ਬਾਹਰ ਤੇ ਵਿਊ ਪਹਿਲੇ ਚਾਰੇ ਪਾਸੇ ਤੇ ਡਿਸ਼ ਵੀ ਪੱਠੀ ਹੋ ਲੱਗੀ ਵੀ ਆ ਖਿੜਕੀਆਂ ਖੁੜਕੀਆਂ ਸਾਰੀਆਂ ਪੱਠੀਆਂ ਉਹ ਡਸਟਬਿਨ ਪਏ ਉਹ ਉੱਪਰ ਆਹ ਡਸਟਬਿਨ ਵੀ ਪੱਠੇ ਲਾਏ ਹੋਏ ਆ ਆ ਇੱਧਰਲਾ ਵਿਊ ਆ ਗਿਆ ਜੀ ਅਤੇ ਆਹ ਆ ਗਿਆ ਤੁਹਾਡਾ ਚੌਥਾ ਵਿਊ ਇੱਧਰ 'ਤੇ ਜੀ ਨਾਇਗਰਾ ਪੁੱਠੇ ਘਰ ਦਾ ਟਿਕਟ ਹੈਗੀ ਆ ਇੱਕ ਬੰਦੇ ਦੀ $15 $14 ਆ $15 ਸੀਗੀ $14 ਆ $15 ਆ $14 ਆ ਚਲੋ ਜੀ ਨੀ 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 ਲੋਕ ਖੁੱਲ੍ਹ ਗਿਆ ਰਵੈਰ ਸਿੰਘ ਚੱਲਿਆ ਪੁੱਠੇ ਘਰ 'ਚ ਵਧੀਆ ਸੌ ਗਿਆ ਇਹਨੇ ਨਹੀਂ ਪੁੱਠਾ ਪੁੱਠਾ ਦਿਖਣਾ ਸੀਗਾ ਸਭ ਕੁਛ ਲਓ ਜੀ ਪਹਿਲੇ ਆ ਗਈਆਂ ਪੌੜੀਆਂ ਫਰਿੱਜ ਵੀ ਪੁੱਠਾ ਇਹ ਕਿਚਨ ਆ ਗਈ ਪਹਿਲੇ ਸਾਰੀ ਪੁੱਠੀ ਆ ਟੈਣੇ ਨੇ ਉਹ ਹਾਂ ਸੱਚੀ ਇੱਥੇ ਤਾਂ ਪੁੱਛਿਆ ਨਹੀਂ ਜਾਂਦਾ ਬੰਦਾ ਇਹ ਆਪਣੀ ਕਿਚਨ ਆ ਜੀ ਸਾਰੀ ਇਹ ਵੀ ਪੁੱਠੀ ਆ ਪੁੱਠਾ ਘਰ ਆ ਖਾਣ ਪੀਣ ਦਾ ਸਮਾਨ ਵੀ ਹੈਗਾ ਜੀ ਕਹਿੰਦੇ ਫਸਟ ਇਨ ਕਿਚਨ ਲਓ ਜੀ ਆ ਗਿਆ ਦੂਜਾ ਆਪਣਾ ਕਮਰਾ ਟੀਵੀ ਵੀ ਪੁੱਠਾ ਸੋਫਾ ਵੀ ਪੁੱਠਾ ਐਂਟਣ ਆਇਆ ਸੋਫਾ ਵੀ ਪੁੱਠਾ ਆ ਵੀ ਪੁੱਠਾ ਲੱਗਿਆ ਦੇਖੋ ਛੱਤ ਪਰ ਥੱਲੇ ਬਿਲਕੁਲ ਸਟ੍ਰੇਟ ਆ ਗਿਆ ਦਰਵਾਜ਼ਾ ਪੁੱਠਾ ਸੋਫਾ ਦੂਜਾ ਠੀਕ ਆ ਜੀ ਇਹ ਆ ਗਿਆ ਜੀ ਤੀਜਾ ਕਮਰਾ ਬੈੱਡਰੂਮ ਬੈੱਡ ਟੰਗਿਆ ਹੋਇਆ ਪੁੱਠਾ ਆ ਲਓ ਜੀ ਆਹ ਵੀ ਸਾਰੀਆਂ ਕਲੋਜ਼ਟਾਂ ਪੁੱਠੀਆਂ ਇਹ ਹੈਗਾ ਪੁੱਠਾ ਘਰ ਆਹ ਵੀ ਇੱਧਰ ਪੁੱਠੀ ਆ ਉਹ ਚੱਪਲਾਂ ਪਈ ਉੱਪਰ ਉਹਦੇ ਚੱਪਲਾਂ ਲਈ ਇਹੀ ਹੱਥ ਮੈਂ ਆਹ ਦਰਖਤ ਵੀ ਪੁੱਠਾ ਵਾ ਆਹ ਕਾਪੀਆਂ ਵੀ ਦੇਖ ਲਾਈ ਹੋਈ ਆ ਨਾ ਉਹਦੇ ਕਾਪੀਆਂ ਤੱਕ ਆਹ ਟਾਈਮ ਪਏ ਸੀ ਪੁੱਠਾ ਪਿਆ ਉੱਧਰ ਉਹਦੇ ਪੈਨਸਲ ਵੀ ਲਾਈ ਹੋਈ ਆ ਪੈਨਸਲ ਉਹਦੇ ਪਰ ਤੀਜਾ ਕਮਰਾ ਸੀਗਾ ਜੀ ਇਹ
ਲਓ ਜੀ ਆ ਗਿਆ ਬੱਚਿਆਂ ਦਾ ਰੂਮ ਕਹਿੰਦੇ ਹੈ। ਸ਼ੇਰ ਵੀ ਬੈਠਾ ਹੈ ਬਾਬੀ ਆ ਦੇਖ ਉੱਪਰ ਕੁਰਸੀਆਂ ਕਰਸੀਆਂ ਸਾਰੀਆਂ ਬੈਠੀਆਂ। ਖਡੌਣੇ ਵੀ ਸਾਰੇ ਲਾਏ ਹੋਏ ਪੁੱਠੇ ਕਰਕੇ ਟੈਨ ਟੈਨ ਸਰਾਣਾ ਖੜਾ ਪਿਆ ਉਹ ਉੱਪਰ ਵੀ ਸ਼ੇਰ ਆ ਲੈਂਪ ਵੀ ਪੁੱਠਾ ਉਹ ਦੇਖ ਕਲੋਜ਼ਡ ਆ ਵੀ ਪੁੱਠੀ ਬਣਾਈ ਵੀ ਹੈ ਨਾ ਸਾਰੀ। ਇਹ ਨਿਆਣਿਆਂ ਦਾ ਰੂਮ ਆ ਗਿਆ ਕਹਿੰਦੇ ਜੀ ਪਰ ਚੱਕਰ ਆਉਂਦੇ ਅੰਦਰ ਹੈ ਨਾ ਯਾਰ ਕਿਉਂਕਿ ਉਹ ਪੁੱਠਾ ਨਾ ਉਹਦੇ ਕਰਕੇ ਚੱਕਰ ਆ ਰਿਹਾ ਸਮਾਨ ਦੇਖਦੇ। ਇਹ ਆ ਗਿਆ ਬਾਥਰੂਮ ਸਭ ਤੋਂ ਪਹਿਲਾਂ ਉਹ ਆ ਗਈ ਫਲੈਸ਼ ਪੁੱਠੀ ਬਾਥ ਟੱਬ ਬਾਥ ਟੱਬ ਦੇ ਵਿੱਚ ਉਹ ਵੀ ਲਾਈ ਵੀ ਆ ਰੱਖਿਆ ਨਹਾਉਣੇ ਵਾਲਾ ਵੀ ਸਾਰਾ ਕੁਛ ਨਹੀਂ ਨਹੀਂ ਨਹੀਂ। ਅਤੇ ਆ ਗਿਆ ਇੱਧਰ ਕਲੋਜ਼ ਟਿੱਕਾ ਆ ਡਸਟਬਿਨ ਕੱਪੜੇ ਕੁੱਪੜੇ ਪਾਉਣ ਨੂੰ ਸ਼ੀਸ਼ੇ ਸ਼ੀਸ਼ੇ ਤਾਂ ਪੁੱਠੇ ਦਾ ਕੋਈ ਫਾਇਦਾ ਨਹੀਂ ਇਹਨਾਂ ਤਾਂ ਸਿੱਧਾ ਪੁੱਠੇ ਦਾ ਕੁਛ ਹੈ ਨਹੀਂ ਆ ਲੈਂਪ ਵੀ ਪੁੱਠੇ ਆ ਹਾਂ ਤੋਲੀ ਗੂੰਦਲਾ ਚੱਪਲ ਕਿਤੇ ਕਿਹੜੇ ਡਸਟਬਿਨ 'ਚ ਹਾਂ ਉਹ 'ਚ ਲਾਏ ਹੋਏ ਡਸਟਬਿਨ 'ਚ ਵੀ ਉਹ ਟਿਸ਼ੂ ਪੇਪਰ ਗੂੰਦ ਨਾਲ ਚਿਪਕਾਏ ਹੋਏ ਹੋਣੇ ਆ ਉਹ ਮੈਟ ਪਿਆ ਉਹ ਦੇਖ ਮੈਟ ਉਹ ਮੈਟ ਲਾਇਆ ਹੋਇਆ ਮੂਹਰੇ ਇੱਧਰ ਆ ਗਈ ਸੀਟ ਸੀਟ ਪਰ ਦੇ ਮੂਹਰੇ ਵੀ ਮੈਟ ਇੱਧਰ ਉਹ ਟਿਸ਼ੂ ਪੇਪਰ ਹੀ ਪਿਆ ਉਹ ਦੇਖ ਨਾਲ ਟਿਸ਼ੂ ਪੇਪਰ ਉਹ ਸੀਟ ਦੇ ਨਾਲ ਅਤੇ ਆਹ ਸੀਟ ਸਾਫ਼ ਕਰਨੇ ਵਾਲਾ ਆਹ ਤੌਲੀਆ ਟੰਗਿਆ ਹੋਇਆ ਆਹ ਬਾਥ ਟੱਬ ਆ ਗਿਆ ਆਹ ਇੱਕ ਕਮਰਾ ਹੋਰ ਪੇਂਟਿੰਗ ਵੀ ਦੇਖੋ ਪੁੱਠੀ ਆ ਵੀ ਪੇਂਟਿੰਗ ਪੁੱਠੀ ਆਹ ਦਰਖਤ ਪੁੱਠਾ ਆਹ ਦੇਖੋ ਜੀ ਇਹ ਵੀ ਪੁੱਠੀ ਚੱਪਲਾਂ ਪਈ ਆ ਉੱਪਰ ਛੱਤ ਪਰ ਚਪਕਾਈ ਆਈ ਆ ਕੁਛ ਨਹੀਂ ਹੈਗਾ ਇੱਥੇ ਤਾਂ ਖਤਮ ਆ ਬਸ ਇੰਨਾ ਕੁ ਸੀਗਾ ਜੀ ਪੁੱਠਾ ਘਰ ਇੱਕ ਵਾਰੀ ਆਓ ਮੁੜ ਕੇ ਕਦੀ ਨਾ ਆਓ ਲਓ ਜੀ ਬਸ ਸਮਾਪਤੀ ਆ ਜੀ ਪੁੱਠੇ ਘਰ ਦੀ ਇੱਥੇ ਤੱਕ ਹੀ ਸੀਗਾ ਜੀ ਲਓ ਜੀ ਇਹ ਸੀਗਾ ਜੀ ਨੈਗਰਾ ਦੇ ਵਿੱਚ ਪੈਂਦਾ ਪੁੱਠਾ ਘਰ ਅਤੇ ਇੱਕ ਵਾਰੀ ਦੇਖਣ ਯੋਗ ਆ $14 ਟਿਕਟ ਆ ਜੀ ਅਤੇ ਬਾਕੀ ਜਦੋਂ ਤੁਸੀਂ ਅੰਦਰ ਐਂਟਰ ਹੁੰਦੇ ਇੱਕ ਤਰ੍ਹਾਂ ਦੇ ਚੱਕਰ ਆਉਂਦੇ ਆ ਪਤਾ ਨਹੀਂ ਕੀ ਚੱਕਰ ਆ ਗ੍ਰੈਵਿਟੀ ਦਾ ਕੀ ਆ ਚੱਕਰ ਵਾਲੇ ਆ ਜੀ ਅਤੇ ਆਹ ਦੇਖੋ ਗੱਡੇ ਕਿੰਨੇ ਸੋਹਣੇ ਆ ਜੀ ਇੱਕ ਵਾਰੀ ਦੇਖਣ ਯੋਗ ਹੈਗਾ ਵਾ ਅਤੇ $15 ਜੀ ਕਿਵੇਂ ਲੱਗਿਆ ਪੁੱਠਾ ਘਰ ਤੁਹਾਨੂੰ ਠੀਕ ਆ ਮੁੜ ਕੇ ਤਾਂ ਨਹੀਂ ਆਉਣ ਯੋਗ ਹੈਗਾ ਇੱਕ ਵਾਰੀ ਉਹ ਦੇਖਣ ਯੋਗ ਸੀਗਾ ਦੇਖ ਲਿਆ ਪੁੱਠਾ ਘਰ ਚੱਕਰ ਆਏ ਸੀਗੇ ਮੈਨੂੰ ਤਾਂ ਬੜੇ ਚੱਕਰ ਆਏ ਚਲੋ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਕਿਸੇ ਹੋਰ ਬਲੌਗ 'ਚ ਬਾਏ ਬਿਲਡਿੰਗ ਗਰਗੀ ਇਹਨੇ ਗਿਰੀ ਆ ਬਿਲਡਿੰਗ